ਕਲਾਸਿਕ ਦੇ ਵਿੱਚ ਅੱਜ ਇੱਕ ਬਰਥਡੇ ਪਾਰਟੀ ਔਰਗਨਾਈਜ਼ ਕੀਤੀ ਸੀ। ਇਹਦੇ ਵਿੱਚ ਜੋ ਬਰਥਡੇ ਜਿਹੜਾ ਸੀਗਾ ਉਹਦਾ ਨਾਮ ਹੈਗਾ ਤਰੁਣ ਜੀ। ਉਹਦੇ ਫਰੈਂਡ ਸੀਗੇ ਕੁਝ 25-30, ਉਹਨਾਂ ਨੇ ਬੁਲਾਏ ਸੀਗੇ ਇੱਥੇ। ਅਤੇ ਜਦੋਂ ਪਾਰਟੀ ਚੱਲ ਰਹੀ ਸੀਗੀ ਉਸੀ ਦੌਰਾਨ ਕੋਈ ਇਹਨਾਂ ਦਾ ਕੇਕ ਨੂੰ ਲੈ ਕੇ ਕੋਈ ਕੇਕ ਕਾਗ ਲੱਗ ਗਿਆ ਕਿਸੇ ਨੂੰ, ਅਤੇ ਉਸ ਤੋਂ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ। ਅਤੇ ਜਦੋਂ ਬਾਹਰ ਗਏ ਅਤੇ ਇੱਕ ਮਨੀ ਚੁਨਿਆਰਾ ਅਤੇ ਵਿਕਰਮ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਦੀ ਡੈਥ ਹੋਈ ਹੈ। ਉਹ ਜੋ ਪਤਾ ਲੱਗਿਆ ਹਾਲੇ ਤੱਕ ਉਹ ਮਨੀ ਢਿੱਲੋਂ ਹੈਗਾ ਸੁਲਤਾਨ ਪਿੰਡ ਦਾ, ਜਿਹਨੇ ਗੋਲੀ ਚਲਾਈ। ਸਰ ਕਿੰਨੀ ਡੈਥ ਹੋਈ ਹੈ? ਦੋ ਬੰਦੇ। ਸਰ ਇਹਨਾਂ ਦਾ ਕੋਈ ਅਪਰਾਧੀ ਰਿਕਾਰਡ ਵੀ ਹੈਗਾ ਕੋਈ ਪੁਰਾਣਾ? ਨਹੀਂ, ਅਭੀ ਤੱਕ ਪਤਾ ਨਹੀਂ ਲੱਗਿਆ। ਵੀ ਹੈਵ ਰਾਊਂਡਡ ਸੈਵਰਲ ਪਰਸਨ ਇਨ ਦੀ ਪੁਲਿਸ ਸਟੇਸ਼ਨ, ਦੋ ਗੱਡੀਆਂ ਫੜੀਆਂ, ਬੰਦੇ ਫੜੇ, ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ। ਸਰ ਕਿੰਨੇ ਬੰਦੇ ਰਾਊਂਡਅਪ ਕੀਤੇ ਗਏ? ਹਾਂਜੀ, 5 ਕੇ ਰਾਊਂਡ ਕੀਤੇ। ਮਲਿਕ ਸਾਹਿਬ, ਕਾਰਨ ਕੀ ਰਹਿਣ ਵਾਲੇ ਪਿੱਛੇ? ਇਹ ਆਪਸ ਦੇ ਵਿੱਚ ਵੈਸੇ ਨੋਨ ਹੀ ਸੀਗੇ, ਬਰਥਡੇ ਪਾਰਟੀ ਦੇ ਵਿੱਚ ਆਏ ਸੀਗੇ, ਫਰੈਂਡ ਸਰਕਲ ਤੋਂ ਸੀਗੇ। ਬਟ ਇਹਨਾਂ ਦਾ ਕੋਈ ਕੇਕ ਵਗੈਰਾ ਕਿਸੇ ਨੂੰ ਲੱਗ ਗਿਆ ਜੋ ਇਹਾਂ ਦਾ ਪ੍ਰਸ਼ਾਸਨ ਦੱਸ ਰਿਹਾ ਹੋਟਲ ਦਾ, ਉਹਦੇ ਮੱਦੇਨਜ਼ਰ ਉਹਨਾਂ ਦਾ ਆਪਸ ਦੇ ਵਿੱਚ ਬੋਲ ਬੁਲਾਰਾ ਹੋ ਗਿਆ। ਬਾਹਰ ਆ ਕੇ ਧੱਕਾ ਮੁੱਕੀ ਹੋਈ ਜਿਸਦੇ ਵਿੱਚ ਇੱਕ ਬੰਦੇ ਨੇ ਵੈਪਨ ਕੱਢ ਕੇ ਅਤੇ ਗੋਲੀ ਚਲਾ। ਕੀ ਪੁਰਾਣਾ ਡਿਸਪਿਊਟ ਤਾਂ ਨਹੀਂ ਪਤਾ ਲੱਗ ਰਿਹਾ ਕਿ ਸ਼ਾਇਦ? ਨਹੀਂ, ਹਾਲੇ ਤੱਕ ਇੱਦਾਂ ਕੁਛ ਨਹੀਂ ਆਇਆ। ਸਰ ਕਿੰਨੇ ਬੰਦਿਆਂ ਦੀ ਡੈਥ ਹੋਈ ਸਰ? ਦੋ। ਸਰ ਇਹਦੇ ਵਿੱਚ ਕੋਈ ਜ਼ਖਮੀ ਵੀ ਆਇਆ? ਦੋ ਡੈਥ। ਨਾਮ ਕੀ? ਇੱਕ ਹੈਗਾ ਮਨੀ ਸੁਨਿਆਰਾ ਅਤੇ ਇੱਕ ਵਿਕਰਮ ਜਿਨਾ। ਸਰ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ? ਇੱਕ ਵਿਕਰਮ ਅਤੇ ਮਨੀ ਸੁਨਿਆਰਾ। ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਿਹੜੇ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ? ਅਸੀਂ ਵੈਰੀਫਾਈ ਕਰ ਰਹੇ ਹਾਂ, ਜੋ ਵੀ ਸੈਕਸ਼ਨ ਬਣੇਗੇ ਪੂਰੀ ਲੀਗਲ ਕਾਰਵਾਈ ਕੀਤੀ ਜਾਵੇਗੀ। ਕਲਾਸਿਕ ਦੇ ਵਿੱਚ ਅੱਜ ਇੱਕ ਬਰਥਡੇ ਪਾਰਟੀ ਔਰਗਨਾਈਜ਼ ਕੀਤੀ ਸੀ। ਇਹਦੇ ਵਿੱਚ ਜੋ ਬਰਥਡੇ ਜਿਹੜਾ ਸੀਗਾ ਉਹਦਾ ਨਾਮ ਹੈਗਾ ਤਰੁਣ ਜੀ। ਉਹਦੇ ਫਰੈਂਡ ਸੀਗੇ ਕੁਝ 25-30, ਉਹਨਾਂ ਨੇ ਬੁਲਾਏ ਸੀਗੇ ਇੱਥੇ। ਅਤੇ ਜਦੋਂ ਪਾਰਟੀ ਚੱਲ ਰਹੀ ਸੀਗੀ ਉਸੀ ਦੌਰਾਨ ਕੋਈ ਇਹਨਾਂ ਦਾ ਕੇਕ ਨੂੰ ਲੈ ਕੇ ਕੋਈ ਕੇਕ ਕਾਗ ਲੱਗ ਗਿਆ ਕਿਸੇ ਨੂੰ, ਅਤੇ ਉਸ ਤੋਂ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ। ਅਤੇ ਜਦੋਂ ਬਾਹਰ ਗਏ ਅਤੇ ਇੱਕ ਮਨੀ ਚੁਨਿਆਰਾ ਅਤੇ ਵਿਕਰਮ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਦੀ ਡੈਥ ਹੋਈ ਹੈ। ਉਹ ਜੋ ਪਤਾ ਲੱਗਿਆ ਹਾਲੇ ਤੱਕ ਉਹ ਮਨੀ ਢਿੱਲੋਂ ਹੈਗਾ ਸੁਲਤਾਨ ਪਿੰਡ ਦਾ, ਜਿਹਨੇ ਗੋਲੀ ਚਲਾਈ। ਸਰ ਕਿੰਨੀ ਡੈਥ ਹੋਈ ਹੈ? ਦੋ ਬੰਦੇ। ਸਰ ਇਹਨਾਂ ਦਾ ਕੋਈ ਅਪਰਾਧੀ ਰਿਕਾਰਡ ਵੀ ਹੈਗਾ ਕੋਈ ਪੁਰਾਣਾ? ਨਹੀਂ, ਅਭੀ ਤੱਕ ਪਤਾ ਨਹੀਂ ਲੱਗਿਆ। ਵੀ ਹੈਵ ਰਾਊਂਡਡ ਸੈਵਰਲ ਪਰਸਨ ਇਨ ਦੀ ਪੁਲਿਸ ਸਟੇਸ਼ਨ, ਦੋ ਗੱਡੀਆਂ ਫੜੀਆਂ, ਬੰਦੇ ਫੜੇ, ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ। ਸਰ ਕਿੰਨੇ ਬੰਦੇ ਰਾਊਂਡਅਪ ਕੀਤੇ ਗਏ? ਹਾਂਜੀ, 5 ਕੇ ਰਾਊਂਡ ਕੀਤੇ। ਮਲਿਕ ਸਾਹਿਬ, ਕਾਰਨ ਕੀ ਰਹਿਣ ਵਾਲੇ ਪਿੱਛੇ? ਇਹ ਆਪਸ ਦੇ ਵਿੱਚ ਵੈਸੇ ਨੋਨ ਹੀ ਸੀਗੇ, ਬਰਥਡੇ ਪਾਰਟੀ ਦੇ ਵਿੱਚ ਆਏ ਸੀਗੇ, ਫਰੈਂਡ ਸਰਕਲ ਤੋਂ ਸੀਗੇ। ਬਟ ਇਹਨਾਂ ਦਾ ਕੋਈ ਕੇਕ ਵਗੈਰਾ ਕਿਸੇ ਨੂੰ ਲੱਗ ਗਿਆ ਜੋ ਇਹਾਂ ਦਾ ਪ੍ਰਸ਼ਾਸਨ ਦੱਸ ਰਿਹਾ ਹੋਟਲ ਦਾ, ਉਹਦੇ ਮੱਦੇਨਜ਼ਰ ਉਹਨਾਂ ਦਾ ਆਪਸ ਦੇ ਵਿੱਚ ਬੋਲ ਬੁਲਾਰਾ ਹੋ ਗਿਆ। ਬਾਹਰ ਆ ਕੇ ਧੱਕਾ ਮੁੱਕੀ ਹੋਈ ਜਿਸਦੇ ਵਿੱਚ ਇੱਕ ਬੰਦੇ ਨੇ ਵੈਪਨ ਕੱਢ ਕੇ ਅਤੇ ਗੋਲੀ ਚਲਾ। ਕੀ ਪੁਰਾਣਾ ਡਿਸਪਿਊਟ ਤਾਂ ਨਹੀਂ ਪਤਾ ਲੱਗ ਰਿਹਾ ਕਿ ਸ਼ਾਇਦ? ਨਹੀਂ, ਹਾਲੇ ਤੱਕ ਇੱਦਾਂ ਕੁਛ ਨਹੀਂ ਆਇਆ। ਸਰ ਕਿੰਨੇ ਬੰਦਿਆਂ ਦੀ ਡੈਥ ਹੋਈ ਸਰ? ਦੋ। ਸਰ ਇਹਦੇ ਵਿੱਚ ਕੋਈ ਜ਼ਖਮੀ ਵੀ ਆਇਆ? ਦੋ ਡੈਥ। ਨਾਮ ਕੀ? ਇੱਕ ਹੈਗਾ ਮਨੀ ਸੁਨਿਆਰਾ ਅਤੇ ਇੱਕ ਵਿਕਰਮ ਜਿਨਾ। ਸਰ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ? ਇੱਕ ਵਿਕਰਮ ਅਤੇ ਮਨੀ ਸੁਨਿਆਰਾ। ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਿਹੜੇ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ? ਅਸੀਂ ਵੈਰੀਫਾਈ ਕਰ ਰਹੇ ਹਾਂ, ਜੋ ਵੀ ਸੈਕਸ਼ਨ ਬਣੇਗੇ ਪੂਰੀ ਲੀਗਲ ਕਾਰਵਾਈ ਕੀਤੀ ਜਾਵੇਗੀ। ਠੀਕ, ਥੈਂਕ ਯੂ ਸਰ।